ਤੇ ਕਿੱਦਾਂ ਦੋਸਤੋ ਹੋਪ ਕਰਦਾ ਤੂੰ ਸਾਰੇ ਵਧੀਆ ਹੋਗੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੇਬੀ ਢਿੱਲੋਂ ਤੇ ਸ਼ਿੰਦਾ ਕਾਲੋਂ ਦੇ ਨਵੇਂ ਗਾਣੇ ਟਰੂ ਸਟੋਰੀਜ਼ ਦੇ ਬਾਰੇ। ਤੇ ਮੇਰੀ ਜਾਨ ਗੱਲਬਾਤ ਸ਼ੁਰੂ ਹੁੰਦੀ ਹੈ ਟਰੂ ਸਟੋਰੀਜ਼ ਤੂੰ, ਜੋ ਕਿ ਆਲ ਅਬਾਊਟ ਫਲੈਕਸ ਫੈਸ਼ਨ ਗਰਲ ਐਂਡ ਸਕਸੈਸ ਆਫ ਏਪੀ ਢਿੱਲੋਂ ਐਂਡ ਸ਼ਿੰਦਾ ਕਾਲੋਂ। ਗੋ ਰੋਸ਼ਨ ਦੀ ਡ੍ਰਿਲ ਟਾਈਪ ਬੀਟ ਹੈਗੀ ਹੈ ਤੇ ਏਪੀ ਢਿੱਲੋਂ ਤੇ ਸ਼ਿੰਦਾ ਕਾਲੋਂ ਰੈਪ ਟਾਈਪ ਕੰਪੋਜੀਸ਼ਨ ਚ ਗੱਲਬਾਤ ਸੁਣਾ ਦੇ ਨੇ। ਸਭ ਨਾਲ ਪਹਿਲੇ ਲਿਰਿਕਸ ਚ ਏਪੀ ਢਿੱਲੋਂ ਜ਼ਿਕਰ ਕਰਦਾ ਹੈ ਕ੍ਰਿਸਚੀਅਨ ਡਿਓਰ ਦਾ, ਜੋ ਕਿ ਇੱਕ ਫ੍ਰੈਂਚ ਫੈਸ਼ਨ ਡਿਜ਼ਾਈਨਰ ਹੈਗਾ ਸੀ ਤੇ ਡਿਓਰ ਬ੍ਰਾਂਡ ਦਾ ਫਾਊਂਡਰ ਵੀ ਹੈਗਾ। ਫਿਰ ਏਪੀ ਢਿੱਲੋਂ ਆਦੇ ਲਿਰਿਕਸ ਚ ਗੱਲ ਕਰਦਾ ਹੈ ਜਦੋਂ ਹੱਸੇ ਤੇ ਲੱਗੇ ਖੁਸ਼ੀ ਕਪੂਰ। ਖੁਸ਼ੀ ਕਪੂਰ ਬਾਲੀਵੁੱਡ ਦੀ ਐਕਟਰੈਸ ਹੈ, ਜਾਨਵੀ ਕਪੂਰ ਦੀ ਸਿਸਟਰ ਹੈਗੀ ਹੈ, ਜਿਹਨੂੰ ਕਿ ਏਪੀ ਢਿੱਲੋਂ ਨੇ ਪਹਿਲੀ ਕੁੜੀ ਹੈਗੀ ਜਿਹਨੂੰ ਮੈਂਸ਼ਨ ਕੀਤਾ ਹੈ ਦੇ ਗਾਣੇ ਚ। ਜਦੋਂ ਹੱਸੇ ਤਾਂ ਲੱਗੇ ਤੂੰ ਖੁਸ਼ੀ ਕਪੂਰ। ਸ਼ਿੰਦਾ ਕਾਲੋਂ ਦੀ ਲਾਈਨਸ ਆਉਂਦੀਆਂ ਨੇ, ਪਹਿਲੀ ਨੂੰ ਲੈ ਕੇ ਗਿਆ ਮੈਂ ਹਵਾਈ ਤੇ ਪਹਾੜਾਂ ਦੀ ਠੰਡੀ ਬਰੀਜ਼ ਤੇ ਦੁਬਈ ਤੇ ਟੌਪ ਗੱਡੀਆਂ ਬੁਗਾਟੀ ਤੇ ਫਰਾਰੀ, ਐਵੇਂ ਦੀਆਂ ਗੱਲਾਂ ਬਾਤਾਂ ਕਰਦਾ। ਮੈਂ ਗਿਆ ਹਵਾਈ ਤੇ ਉੱਚੇ ਪਹਾੜਾਂ ਦੀ ਠੰਡੀ ਬਰੀਜ਼ ਸਾ ਫਰਾਰੀ ਦੇ ਕਾਲੀ ਬੁਗਾਟੀ। ਫਿਰ ਏਪੀ ਦੀ ਵਰਸ ਆਉਂਦੀ, ਏਪੀ ਕਹਿੰਦਾ ਕਦੀ ਯੂਕੇ ਤੇ ਕਦੀ ਦੁਬਈ, ਮੇਰੀ ਹੁਣ ਜ਼ਿੰਦਗੀ ਸੇਮ ਨਾ ਰਹੀ। ਹੁਣ ਸਾਡੀ ਜ਼ਿੰਦਗੀ ਚ ਬਿਜ਼ਨਸ ਕੈਜੂਅਲ ਬੜੇ ਆ ਗਏ ਨੇ, ਬਿਜ਼ੀ ਹੋ ਗਏ ਆ, ਕਦੇ ਯੂਕੇ ਹੁੰਨੇ ਆ ਕਦੇ ਦੁਬਈ ਹੁੰਨੇ ਆ, ਸਾਡੀ ਤਾਂ ਵੱਖ ਵੱਖ ਥਾਵਾਂ ਨੇ, ਟਾਈਮ ਜ਼ੋਨ ਵੀ ਵੱਖ ਨੇ, ਤੇ ਹੁਣ ਮੈਂ ਕਿਹੜਾ ਟਾਈਮ ਵੇਖ ਕੇ ਤੈਨੂੰ ਫੇਸ ਟਾਈਮ ਲਾਵਾਂ। ਬੜੀ ਰਾਈਮਿੰਗ ਕੀਤੀ ਗਈ ਤੇ ਬੜੀਆਂ ਗੱਲਾਂ ਕੀਤੀਆਂ ਗਈਆਂ ਨੇ ਬੋਸਟੀ ਲਿਰਿਕਸ ਚ, ਜੋ ਕਿ ਵਾਕਈ ਟਰੂ ਸਟੋਰੀਜ਼ ਦੀ ਡੈਫੀਨੇਸ਼ਨ ਤੇ ਪੂਰਾ ਉਤਰਦੀਆਂ ਨੇ। ਤੇ ਮੇਰੀ ਜਾਨ ਗੱਲਬਾਤ ਕਰੀਏ ਵੀਡੀਓ ਦੀ, ਤੇ ਵੀਡੀਓ ਬੋਸਟੀ ਬਿਲਕੁਲ ਹੀ ਸਿੰਪਲ ਡਾਰਕ ਰਿਟਰੋ ਟਾਈਪ ਵਾਈਬ ਦੀ ਵੀਡੀਓ ਹੈਗੀ ਹੈ। ਇਨਡੋਰ ਵੀਡੀਓ ਸ਼ੂਟ ਕੀਤੀ ਗਈ, ਕੋਈ ਖਾਸ ਕਿਸਮ ਦੀਆਂ ਗੱਡੀਆਂ ਗੁੱਡੀਆਂ ਨਹੀਂ ਇਸਤੇਮਾਲ ਕੀਤੀਆਂ ਗਈਆਂ ਤੇ ਵੀਡੀਓ ਚ ਏਪੀ ਢਿੱਲੋਂ ਤੇ ਸ਼ਿੰਦਾ ਕਾਲੋਂ ਇੰਜ ਬੈਠੇ ਹੁੰਦੇ ਨੇ ਜਿਵੇਂ ਕੋਈ ਕੇਸ ਹੋਇਆ ਹੁੰਦਾ ਜੇਲ੍ਹ ਦੇ ਵਿੱਚ, ਉਹਨਾਂ ਦੀ ਗੱਲਬਾਤ ਸੁਣਨ ਵਾਸਤੇ ਵਕੀਲ ਦੇ ਸਾਹਮਣੇ ਆਦਾ ਬਿਆਨ ਦੇ ਰਹੇ ਹੁੰਦੇ ਨੇ। ਬਾਕੀ ਵੀਡੀਓ ਚ ਕੁਝ ਖਾਸ ਨਹੀਂ ਹੈਗਾ, ਬਸ ਬੱਚੀਆਂ ਨੇ ਤੇ ਬਲੈਕਿਸ਼ ਟਾਈਪ ਦੀ ਡਾਰਕ ਫਲੈਕਸ ਵਿਖਾਇਆ ਗਿਆ। ਸ਼ਿੰਦਾ ਕਹਿੰਦਾ ਦੁਨੀਆ ਕੋਲ ਆਉਣਾ ਚਾਹੁੰਦੀ, ਅਸੀਂ ਡਿਸਟੈਂਸ ਰੱਖੀ ਤਾਂ ਬਣਾ, ਪਹਿਲੇ ਤਸਵੀਰਾਂ ਆਪ ਖਿਚਾਉਂਦੀ ਫਿਰ ਗੱਲਾਂ ਦੇ ਨਹੀਂ ਬਣਾ। ਕਹਿੰਦਾ ਕਈਆਂ ਨੂੰ ਤਾਂ ਅਸੀਂ ਮਿਲਦੇ ਨਹੀਂ, ਹੋਟਲ ਦੀ ਲੌਬੀ 'ਚ ਵੇਟ ਕਰਕੇ ਘਰ ਤੋਰ ਦੇਈਦਾ ਤੇ ਕਈਆਂ ਨੂੰ ਭੇਜਿਆ ਵਾਪਸ ਹੋਟਲ ਦੀ ਲੌਬੀ 'ਚ ਵੇਟ ਕਰਾ। ਇਸ ਤੋਂ ਪਹਿਲੇ ਟੂ ਹਾਰਟਸ ਨੈਵਰ ਬ੍ਰੇਕ ਦਾ ਸੇਮ ਦੇ ਵਿੱਚ ਇੱਕ ਫਾਈਨਲ ਥਾਟਸ ਗਾਣਾ ਹੈਗਾ ਸੀ, ਉਹਦੀ ਤੇ ਇਹਦੀ ਕੰਪੋਜੀਸ਼ਨ ਤੇ ਗੱਲਾਂ ਬਾਤਾਂ ਸੇਮ ਟੂ ਸੇਮ ਹੀ ਹੈਗੀਆਂ ਨੇ। ਅੱਗੇ ਰੂਬੀਜ਼ ਵੈਨ ਕਲੀਫ ਦੇ ਗੁੱਟ ਦੇ ਸੌ ਮੇਰੇ ਗੁੱਟ ਤੇ ਬੰਨੀ ਪਟੈਕ ਫਲੀ ਜਾਂ ਫਰਾਰੀ ਦੇ ਕਾਲੀ ਬੁਗਾਟੀ।